ਸਿੱਧੂ ਮੂਸੇਵਾਲਾ ਬਾਈ ਦੇ ਨਵੇਂ ਗਾਣੇ ਦਾ ਪੋਸਟਰ ਰਿਲੀਜ਼ ਹੋ ਚੁੱਕਿਆ, ਜਾਂ ਤਾਂ ਇਸ ਮੰਥ ਦੇ ਐਂਡ ਦੇ ਵਿੱਚ ਜਾਂ ਫਿਰ ਅਗਲੇ ਮਹੀਨੇ ਦੇ ਫਸਟ ਵੀਕ ਦੇ ਵਿੱਚ ਗਾਣਾ ਰਿਲੀਜ਼ ਹੋ ਜਾਊਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਬਾਈ ਦੇ ਇਸ ਗਾਣੇ ਦੀ ਓਰੀਜਨਲ ਵੀਡੀਓ ਵੀ ਰਿਲੀਜ਼ ਹੋਣੀ ਹੈ ਤੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਪੋਸਟਰ ਦੇ ਬਾਰੇ ਗੱਲ ਕਰਾਂਗੇ ਕਿ ਇਸ ਪੋਸਟਰ ਨੂੰ ਦੇਖ ਕੇ ਕੀ ਲੱਗ ਰਿਹਾ ਤੇ ਕੀ ਇਹ ਆਫੀਸ਼ੀਅਲ ਪੋਸਟਰ ਹੈ ਜਾਂ ਫਿਰ ਇਸ ਤੋਂ ਇਲਾਵਾ ਕੋਈ ਹੋਰ ਵੀ ਪੋਸਟਰ ਆਉਣਾ ਹੈ। ਇਸ ਗਾਣੇ ਦੀ ਵੀਡੀਓ ਦੇ ਵਿੱਚ ਕੀ ਕੁਝ ਹੋਣ ਵਾਲਾ ਤੇ ਓਰੀਜਨਲ ਵੀਡੀਓ ਦੇ ਬਿਹਾਈਂਡ ਦਾ ਸੀਨਸ ਵੀ ਵਾਇਰਲ ਹੋਏ ਸੀ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਇਸ ਵੀਡੀਓ ਦੇ ਵਿੱਚ। ਤੇ ਅੱਜ ਤੋਂ 2 ਸਾਲ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਇਸ ਗਾਣੇ ਦੀ ਗੱਲ ਹੋਈ ਸੀ, ਆਪਾਂ ਉਹ ਇੰਟਰਵਿਊ ਦੀ ਕਲਿੱਪ ਵੀ ਥੋੜੀ ਜਿਹੀ ਚਲਾਵਾਂਗੇ। ਇਸ ਤੋਂ ਇਲਾਵਾ ਗੱਲ ਕਰਾਂਗੇ ਕਿ ਹੋਰ ਕਿਹੜੇ ਕਿਹੜੇ ਆਉਣ ਵਾਲੇ ਗਾਣੇ ਨੇ ਜਿਨ੍ਹਾਂ ਦੀ ਓਰੀਜਨਲ ਵੀਡੀਓ ਆਪਾਂ ਨੂੰ ਦੇਖਣ ਨੂੰ ਮਿਲੂਗੀ, ਯਾਨੀ ਕਿ ਜਿਹੜੇ ਗਾਣਿਆਂ ਦੀ ਵੀਡੀਓ ਸਿੱਧੂ ਮੂਸੇਵਾਲਾ ਬਾਈ ਨੇ ਖੁਦ ਸ਼ੂਟ ਕਰ ਰੱਖੀ। ਸੋ ਆਪਾਂ ਜ਼ਿਆਦਾ ਸਮਾਂ ਵੇਸਟ ਨਹੀਂ ਕਰਦੇ, ਆਓ ਵੀਡੀਓ ਸ਼ੁਰੂ ਕਰਦੇ ਹਾਂ। ਮੁੱਕ ਵੀ ਜਾਵਾਂ, ਮਰ ਵੀ ਜਾਵਾਂ, ਉਸ ਤੋਂ ਬਾਅਦ ਵੀ ਤੋਕ ਯਾਦ ਕਰਨ ਵੀ ਸੀ ਆਇਆ। ਸੌਂਗ ਦਾ ਨਾਮ ਹੈ ਅਟੈਚ ਤੇ ਸਟੀਲ ਬੈਂਗਲਸ ਨੇ ਆਪਣੇ ਅਕਾਊਂਟ ਤੇ ਇਹ ਪੋਸਟਰ ਰਿਲੀਜ਼ ਕੀਤਾ ਹੈ। ਜੇਕਰ ਆਪਾਂ ਪੋਸਟਰ ਨੂੰ ਗੌਰ ਨਾਲ ਦੇਖੀਏ ਤਾਂ ਇਹ ਜਿਹੜੀ ਫੋਟੋ ਹੈ ਇਹ ਜਦੋਂ ਸਿੱਧੂ ਮੂਸੇਵਾਲਾ ਬਾਈ ਵਾਇਰਲੈਸ ਫੈਸਟੀਵਲ ਦੇ ਵਿੱਚ ਗਏ ਸੀ ਉਸ ਟਾਈਮ ਦੀ ਇਹ ਫੋਟੋ ਹੈ। ਉਸੇ ਟਾਈਮ ਹੀ ਸਿੱਧੂ ਮੂਸੇਵਾਲਾ ਬਾਈ ਦੀ ਇਸ ਸੈਂਟਰ ਦੇ ਵਿੱਚ ਖੜੇ ਹੋਏ ਬਾਈ ਦੇ ਨਾਲ ਮੁਲਾਕਾਤ ਹੋਈ ਸੀ। ਇਸ ਗਾਣੇ ਦਾ ਪਲਾਨ ਉਸ ਟਾਈਮ ਹੀ ਬਣਿਆ ਸੀ। ਜੇਕਰ ਗੱਲ ਕਰੀਏ ਆਫੀਸ਼ੀਅਲ ਪੋਸਟਰ ਦੀ ਤਾਂ ਇਹ ਇੱਕ ਅਨਾਊਂਸਮੈਂਟ ਪੋਸਟਰ ਹੈ ਤੇ ਇਹਦੇ ਤੇ ਕੋਈ ਰਿਲੀਜ਼ ਡੇਟ ਵੀ ਨਹੀਂ ਲਿਖੀ ਹੋਈ, ਸਿਰਫ ਰੈਡੀ ਲਿਖਿਆ ਹੋਇਆ, ਯਾਨੀ ਕਿ ਇਹ ਕਨਫਰਮੇਸ਼ਨ ਦੇਣ ਵਾਸਤੇ ਪੋਸਟਰ ਪਾਇਆ। ਜਿਹੜਾ ਆਫੀਸ਼ੀਅਲ ਪੋਸਟਰ ਹੈ ਉਹ ਸਿੱਧੂ ਮੂਸੇਵਾਲਾ ਬਾਈ ਦੇ ਆਫੀਸ਼ੀਅਲ ਅਕਾਊਂਟ ਤੇ ਹੀ ਰਿਲੀਜ਼ ਹੋਊਗਾ ਤੇ ਮੈਨੂੰ ਲੱਗਦਾ ਕਿ ਪੋਸਟਰ ਤੋਂ ਬਾਅਦ ਵੀ ਕਾਫੀ ਸਾਰੀਆਂ ਚੀਜ਼ਾਂ ਕਲੀਅਰ ਹੋ ਜਾਣਗੀਆਂ ਕਿ ਗਾਣੇ ਦੇ ਵਿੱਚ ਹੋਰ ਕੀ ਕੁਝ ਹੋਣ ਵਾਲਾ ਹੈ। ਸਿੱਧੂ ਬਾਈ ਦੇ ਕਾਫੀ ਸਾਰੇ ਗਾਣਿਆਂ ਦੀ ਜਿਹੜੀ ਥੀਮ ਹੁੰਦੀ ਹੈ ਉਹ ਪੋਸਟਰ ਦੇ ਵਿੱਚ ਹੀ ਦੇਖਣ ਨੂੰ ਮਿਲ ਜਾਂਦੀ ਹੈ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਹੁਣ ਜਿੰਨੇ ਵੀ ਗਾਣੇ ਆਏ ਨੇ ਉਹਨਾਂ ਦੇ ਵਿੱਚੋਂ ਜਾਂ ਤਾਂ AI ਨਾਲ ਵੀਡੀਓਜ਼ ਬਣਾਈਆਂ ਹੋਈਆਂ ਸੀ ਜਾਂ VFX ਵਗੈਰਾ ਲਾਏ ਹੋਏ ਸੀ। ਕੁਝ ਗਾਣੇ ਸਿਰਫ ਆਡੀਓ ਹੀ ਰਿਲੀਜ਼ ਹੋਏ ਨੇ। ਇਹ ਪਹਿਲੀ ਵੀਡੀਓ ਹੈ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਜਿਹੜੀ ਰਿਲੀਜ਼ ਹੋਣੀ ਹੈ। ਇਸ ਵੀਡੀਓ ਦੇ ਵਿੱਚ ਖੁਦ ਸਿੱਧੂ ਮੂਸੇਵਾਲਾ ਬਾਈ ਵੀ ਹੋਣਗੇ। ਜੇਕਰ ਬਿਹਾਈਂਡ ਦਾ ਸੀਨਸ ਵਾਲੀ ਵੀਡੀਓ ਕਲਿੱਪ ਦੀ ਗੱਲ ਕਰੀਏ ਤਾਂ ਉਹਨੂੰ ਦੇਖ ਕੇ ਇਦਾਂ ਲੱਗ ਰਿਹਾ ਕਿ ਇਹ ਇਦਾਂ ਦੀ ਵੀਡੀਓ ਹੋਣ ਵਾਲੀ ਹੈ ਜਿਹੜਾ ਕਨਸੈਪਟ ਹਜੇ ਤੱਕ ਨਹੀਂ ਆਇਆ ਆਪਣੇ ਇਸ ਪੰਜਾਬੀ ਇੰਡਸਟਰੀ ਦੇ ਵਿੱਚ। ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਜਿਹੜੇ ਹਿਸਾਬ ਨਾਲ ਇਹ ਪੂਰਾ ਦਾ ਪੂਰਾ ਸੈੱਟ ਡਿਜ਼ਾਈਨ ਕੀਤਾ ਹੋਇਆ ਹੈ। ਇੱਕ ਡਾਈਨਿੰਗ ਟੇਬਲ ਤੇ ਸਟੀਲ ਬੈਂਗਲਸ ਤੇ ਸਿੱਧੂ ਮੂਸੇਵਾਲਾ ਬਾਈ ਬੈਠੇ ਨੇ, ਨਾਲ ਕਾਫੀ ਸਾਰੀਆਂ ਕੁੜੀਆਂ ਬੈਠੀਆਂ ਨੇ। ਇਸ ਤੋਂ ਇਲਾਵਾ ਇਹ ਵਾਲੀ ਕਲਿੱਪ ਵੀ ਦੇਖ ਸਕਦੇ ਹੋ, ਸਿੱਧੂ ਬਾਈ ਗੱਡੀ 'ਚ ਬੈਠੇ ਨੇ ਤੇ ਨਾਲ ਦਾ ਕਿਡ ਬਾਈ ਵੀ ਬੈਠੇ ਹੋਏ ਤੇ ਵੀਡੀਓ 'ਚ ਹੋ ਸਕਦਾ ਹੈ ਕਿ ਕਿਡ ਬਾਈ ਦੀ ਵੀ ਐਂਟਰੀ ਹੋਵੇ ਜਿਵੇਂ ਕਿ ਪਿਛਲੇ ਇੱਕ ਸਿੱਧੂ ਬਾਈ ਦੇ ਗਾਣੇ ਦੇ ਵਿੱਚ ਕਿਡ ਬਾਈ ਦਿਖੇ ਸੀ। ਬਾਕੀ ਇਸ ਤੋਂ ਇਲਾਵਾ ਸਿੱਧੂ ਬਾਈ ਦੀ ਜਿਹੜੀ ਲੁੱਕ ਹੈ ਉਹ ਵੀ ਕਾਫੀ ਡਿਫਰੈਂਟ ਦੇਖਣ ਨੂੰ ਮਿਲੂਗੀ ਆਪਾਂ ਨੂੰ ਇਸ ਵੀਡੀਓ ਦੇ ਵਿੱਚ, ਜਿਵੇਂ ਕਿ ਇਹ ਵਾਲੀ ਫੋਟੋ ਸਿੱਧੂ ਬਾਈ ਦੀ ਵਾਇਰਲ ਹੋਈ ਸੀ ਤੇ ਇਹ ਜਿਹੜਾ ਕੋਸਟਿਊਮ ਹੈ ਇਹ ਜਿਹੜੀ ਸ਼ਰਟ ਸਿੱਧੂ ਬਾਈ ਨੇ ਪਾਈ ਹੋਈ ਹੈ ਇਹ ਵਾਲਾ ਡਿਜ਼ਾਈਨ ਮੈਂ ਤਾਂ ਕਿਸੇ ਹੋਰ ਦੇ ਨਹੀਂ ਪਾਇਆ ਹੋਇਆ ਦੇਖਿਆ ਤੇ ਅੱਜ ਤੋਂ 2 ਸਾਲ ਪਹਿਲਾਂ ਇਸ ਗਾਣੇ ਦੇ ਬਾਰੇ ਗੱਲ ਹੋਈ ਸੀ ਇੱਕ ਇੰਟਰਵਿਊ ਦੇ ਵਿੱਚ। ਸਟੀਲ ਬੈਂਗਲਸ ਇਸ ਗਾਣੇ ਦੇ ਬਾਰੇ ਦੱਸ ਰਹੇ ਨੇ। ਹੁਣ ਤੁਸੀਂ ਅਗਲੀ ਕਲਿੱਪ ਦੇ ਵਿੱਚ ਇਹ ਵਾਲੀ ਗੱਲ ਸੁਣ ਸਕਦੇ ਹੋ। ਸਿੱਧੂ ਮੂਸੇਵਾਲਾ ਆਮ ਫਰਾਈਡ ਆਨ ਮਾਈ ਐਲਬਮ ਐਂਡ ਦੈਨ ਯਾ ਸੋ ਆਮ ਸੀਇੰਗ ਫਰਾਈਡ ਆਨ ਟੁਮਾਰੋ ਜਿੱਥੋਂ ਤੱਕ ਇਸ ਗਾਣੇ ਦੇ ਲੀਕ ਹੋਣ ਦੀ ਗੱਲ ਹੈ ਤਾਂ ਸਿੱਧੂ ਬਾਈ ਦੇ ਜਿਹੜੇ ਬਿਹਾਈਂਡ ਦਾ ਸੀਨਸ ਸੀ ਇਸ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਉਹ ਜਦੋਂ ਵਾਇਰਲ ਹੋਏ ਸੀ ਸੋਸ਼ਲ ਮੀਡੀਆ ਤੇ ਉਹਦੇ ਨਾਲ ਨਾਲ ਸਿੱਧੂ ਬਾਈ ਦੀ ਜਿਹੜੀ ਆਡੀਓ ਸੀ ਉਹਦੀਆਂ ਵੀ ਇੱਕ ਦੋ ਲਾਈਨਾਂ ਸੁਣਨ ਨੂੰ ਮਿਲੀਆਂ ਸੀ, ਪਰ ਮੈਂ ਇੱਥੇ ਬਿਲਕੁਲ ਵੀ ਪਲੇ ਕਰਕੇ ਨਹੀਂ ਦਿਖਾਉਂਗਾ ਉਹ ਚੀਜ਼ ਤੇ ਮੈਂ ਚਾਹੁੰਦਾ ਉਹ ਚੀਜ਼ਾਂ ਆਪਾਂ ਆਫੀਸ਼ੀਅਲੀ ਸੁਣੀਏ ਸਿੱਧੂ ਬਾਈ ਨੇ ਜਿਹੜੀਆਂ ਚੀਜ਼ਾਂ ਲਿਖੀਆਂ ਸੀ, ਕਿਉਂਕਿ ਪਹਿਲਾਂ ਕਾਫੀ ਸਾਰੇ ਗਾਣਿਆਂ ਦੇ ਨਾਲ ਇਦਾਂ ਹੋਇਆ ਕਿ ਲੀਕ ਹੋ ਜਾਂਦੇ ਨੇ ਪਹਿਲਾਂ ਗਾਣੇ ਤੇ ਫਿਰ ਉਹ ਜਦੋਂ ਗਾਣਾ ਰਿਲੀਜ਼ ਹੁੰਦਾ ਆਫੀਸ਼ੀਅਲੀ ਤੇ ਉਹਦੇ ਤੇ ਬਹੁਤ ਫਰਕ ਪੈਂਦਾ ਇਸ ਚੀਜ਼ ਇਹ ਵਾਲਾ ਗਾਣਾ ਲੀਕ ਨਹੀਂ ਹੋਣਾ ਚਾਹੀਦਾ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਕਿ ਸਿੱਧੂ ਬਾਈ ਦੇ ਹੋਰ ਕਿਹੜੇ ਕਿਹੜੇ ਆਉਣ ਵਾਲੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਸਿੱਧੂ ਬਾਈ ਖੁਦ ਦਿਖਣਗੇ ਆਪਾਂ ਨੂੰ, ਯਾਨੀ ਕਿ ਓਰੀਜਨਲ ਵੀਡੀਓ ਸ਼ੂਟ ਹੋਈ ਹੈ ਸਿੱਧੂ ਬਾਈ ਦੀ। ਉਹਨਾਂ ਦੇ ਵਿੱਚੋਂ ਇੱਕ ਤਾਂ ਗਾਣਾ ਹੈ ਮਾਫੀਆ ਸਟਾਈਲ ਜਿਹੜਾ ਪਹਿਲਾਂ ਆਡੀਓ ਰਿਲੀਜ਼ ਹੋ ਚੁੱਕਿਆ ਹੈ ਤੇ ਇਹਦੀ ਅੱਧੀ ਵੀਡੀਓ ਸ਼ੂਟ ਹੋ ਚੁੱਕੀ ਸੀ ਜਿਹਦੀ ਕਲਿੱਪ ਤੁਸੀਂ ਇਸ ਸਕਰੀਨ ਤੇ ਦੇਖ ਸਕਦੇ ਹੋ ਤੇ ਸੋਸ਼ਲ ਮੀਡੀਆ ਤੇ ਵੀ ਪਈ ਹੋਈ ਹੈ। ਤੇ ਇਸ ਤੋਂ ਇਲਾਵਾ ਇੱਕ ਬਲੱਡ ਲਸਟ ਗਾਣੇ ਦੀ ਜਦੋਂ ਵੀਡੀਓ ਰਿਲੀਜ਼ ਨਹੀਂ ਹੋਈ ਸੀ ਮਿਸਟਰ ਕੈਪੋਨੀ ਦੇ ਚੈਨਲ ਤੇ, ਉਦੋਂ ਤੱਕ ਸਾਰਿਆਂ ਨੂੰ ਇਹ ਲੱਗਦਾ ਸੀ ਕਿ ਸਿੱਧੂ ਮੂਸੇਵਾਲਾ ਬਾਈ ਦੀ ਵੀਡੀਓ ਵੀ ਵਿੱਚ ਹੋਊਗੀ, ਯਾਨੀ ਕਿ ਸਿੱਧੂ ਬਾਈ ਵੀ ਸ਼ੂਟ ਕਰਕੇ ਗਏ ਹੋਣਗੇ। ਪਰ ਮਿਸਟਰ ਕੈਪੋਨੀ ਨੇ ਇੰਨਾ ਲੇਟ ਕਰਤਾ, ਸਿਰਫ ਇਨਫੋਰਮੇਸ਼ਨ ਹੀ ਦਿੰਦਾ ਰਿਹਾ ਬਹੁਤ ਟਾਈਮ ਤੱਕ ਤੇ ਵੀਡੀਓ ਦੇ ਬਾਰੇ ਕੁਝ ਵੀ ਨਹੀਂ ਦੱਸਿਆ, ਪਰ ਜਦੋਂ ਵੀਡੀਓ ਰਿਲੀਜ਼ ਹੋਈ ਤਾਂ ਉਹਦੀ ਕੁਆਲਿਟੀ ਬਿਲਕੁਲ ਬੇਕਾਰ ਸੀ ਤੇ ਸ਼ੁਕਰ ਹੈ ਕਿ ਸਿੱਧੂ ਮੂਸੇਵਾਲਾ ਬਾਈ ਦੇ ਆਫੀਸ਼ੀਅਲ ਚੈਨਲ ਤੇ ਇਸ ਗਾਣੇ ਦੀ ਵੀਡੀਓ ਨਹੀਂ ਹੋਈ। ਇਹ ਸਾਰੇ ਆਪਾਂ ਨੂੰ ਕਮੈਂਟਸ ਵੀ ਦੇਖਣ ਨੂੰ ਮਿਲੇ ਸੀ ਲੋਕਾਂ ਦੇ। ਫਿਰ ਕਾਲੀ ਹੁੱਡੀ ਨਾਮ ਦਾ ਜਿਹੜਾ ਗਾਣਾ ਸੀ
ਤੇ ਸਿੱਧੂ ਬਾਈ ਦਾ ਉਹਦੇ ਬਿਹਾਈਂਡ ਦਾ ਸੀਨਸ ਵੀ ਦੇਖਣ ਨੂੰ ਮਿਲੇ ਸੀ ਸੋਸ਼ਲ ਮੀਡੀਆ ਤੇ। ਇਸ ਤੋਂ ਬਾਅਦ ਜਿਹੜਾ ਫੈਂਟਮ ਗਾਣਾ ਸਿੱਧੂ ਬਾਈ ਦਾ ਜਿਹੜਾ ਤੁਸੀਂ ਸੁਣਿਆ ਹੋਣਾ ਪਿੱਛੇ ਜੇ ਸੋਸ਼ਲ ਮੀਡੀਆ ਤੇ, ਇਹ ਗਾਣਾ ਵੀ ਓਰੀਜਨਲ ਵੀਡੀਓ ਦੇ ਨਾਲ ਆਊਗਾ ਆਉਣ ਵਾਲੇ ਟਾਈਮ ਦੇ ਵਿੱਚ। ਇਸ ਤੋਂ ਇਲਾਵਾ ਬਹੁਤ ਸਾਰੇ ਇਦਾਂ ਦੇ ਗਾਣੇ ਨੇ ਜਿਹੜੇ ਪਏ ਨੇ ਪਰ ਉਹਦੀ ਵੀਡੀਓ ਸ਼ੂਟ ਹੋਈ ਹੈ ਜਾਂ ਨਹੀਂ ਆਪਾਂ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ, ਪਰ ਹੁਣ ਜਿੰਨਿਆਂ ਦੇ ਬਾਰੇ ਸੋਸ਼ਲ ਮੀਡੀਆ ਤੇ ਪਤਾ ਲੱਗ ਗਿਆ ਗਾਣਿਆਂ ਦੇ ਬਾਰੇ ਕਿ ਓਰੀਜਨਲ ਵੀਡੀਓ ਆਊਗੀ, ਉਸ ਤੋਂ ਇਲਾਵਾ ਨਵੀਂ ਚੀਜ਼ ਦੇ ਬਾਰੇ ਕੋਈ ਲੀਕ ਨਾ ਕੀਤੀ ਜਾਵੇ ਇਨਫੋਰਮੇਸ਼ਨ, ਤੇ ਨਾ ਹੀ ਕੋਈ ਨਵੀਂ ਚੀਜ਼ ਕਲਿੱਪ ਵਾਇਰਲ ਹੋਵੇ ਸਿੱਧੂ ਬਾਈ ਦੀ ਕਿਸੇ ਵੀ ਗਾਣੇ ਦੀ, ਕਿਉਂਕਿ ਉਹ ਓਰੀਜਨਲ ਗਾਣਾ ਸਰਪ੍ਰਾਈਜ਼ ਹੋਣਾ ਚਾਹੀਦਾ ਸਾਰੇ ਫੈਨਸ ਦੇ ਲਈ, ਕਿਉਂਕਿ ਹੁਣ ਕਾਫੀ ਸਾਰੇ ਗਾਣੇ ਤਾਂ ਸਿੱਧੂ ਬਾਈ ਦੇ ਰਿਲੀਜ਼ ਹੋ ਚੁੱਕੇ ਨੇ ਆਲਰੇਡੀ, ਜਿਵੇਂ ਜਿਵੇਂ ਗਾਣੇ ਰਿਲੀਜ਼ ਹੁੰਦੇ ਜਾਂਦੇ ਨੇ ਉਵੇਂ ਹੀ ਸਿੱਧੂ ਬਾਈ ਦੇ ਗਾਣੇ ਘੱਟਦੇ ਵੀ ਜਾਂਦੇ ਨੇ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਚਾਹੀਦਾ ਜਿੰਨੇ ਵੀ ਸਾਰੇ ਫੈਨਸ ਨੇ, ਜਿੰਨੇ ਵੀ ਸਿੱਧੂ ਬਾਈ ਦੀ ਮੈਨੇਜਮੈਂਟ ਦੇ ਵਿੱਚ ਕੰਮ ਕਰਦੇ ਨੇ। ਸੋ ਹੁਣ ਤੁਹਾਨੂੰ ਕਿੰਨੀ ਕੁ ਵੇਟ ਹੈ ਅਟੈਚ ਗਾਣੇ ਦੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਨੂੰ ਲੱਗਦਾ ਕਿ ਆਪਾਂ ਨੂੰ ਸਾਰਿਆਂ ਨੂੰ ਸਲਾਹ ਕਰ ਲੈਣੀ ਚਾਹੀਦੀ ਹੈ ਕਮੈਂਟਸ ਕਿੰਨੇ ਕਰਨੇ ਨੇ ਤੇ ਆਪਾਂ ਉਹ ਟਾਰਗੇਟ ਲੈ ਕੇ ਚੱਲੀਏ ਤੇ ਸਿੱਧੂ ਆਰਮੀ ਸਾਰੀ ਇੱਕ ਨਵਾਂ ਰਿਕਾਰਡ ਬ੍ਰੇਕ ਕਰੇ। ਬਾਕੀ ਇਸ ਵੀਡੀਓ ਦੇ ਵਿੱਚ ਇੰਨੇ, ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਇਦਾਂ ਦੀਆਂ ਹੋਰ ਵੀ ਕਾਫੀ ਸਾਰੀਆਂ ਵੀਡੀਓ ਆਉਣ ਵਾਲੇ ਟਾਈਮ ਦੇ ਵਿੱਚ ਆਉਣਗੀਆਂ, ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ।